ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਸੁਰਖਾਬ ਸੇਖੋਂ ਵਿੱਚ। ਅੱਜ ਆਪਾਂ ਬਣਾਵਾਂਗੇ ਗਰਮੀਆਂ ਦਾ ਸਪੈਸ਼ਲ ਸ਼ਰਬਤ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਅਤੇ ਹੈਲਦੀ ਵੀ ਬਹੁਤ ਜ਼ਿਆਦਾ ਹੁੰਦਾ ਹੈ। ਇਹ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੇ ਬੈੱਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਇਸ ਸ਼ਰਬਤ ਦਾ ਇੱਕ ਪ੍ਰੀ ਮਿਕਸ ਆਪਾਂ ਇੱਕ ਵਾਰੀ ਬਣਾ ਕੇ ਰੱਖ ਕੇ ਇਸ ਨੂੰ ਪੂਰਾ ਮਹੀਨਾ ਆਪਾਂ ਯੂਜ਼ ਕਰ ਸਕਦੇ ਹਾਂ। ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਥੇ ਮਿਕਸਰ ਗ੍ਰਾਈਂਡਰ ਲਿਆ ਹੈ। ਇਸ ਜਾਰ ਵਿੱਚ 1 ਕੱਪ ਆਪਾਂ ਖੰਡ ਦਾ ਪਾ ਲਵਾਂਗੇ। ਸੇਮ ਮੈਜ਼ਰਮੈਂਟ ਦੇ ਨਾਲ ਜੇਕਰ ਤੁਸੀਂ ਇਸ ਨੂੰ ਬਣਾਓਗੇ ਤਾਂ ਇਹ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗਾ। ਹੁਣ 1/2 ਕੱਪ ਇਸ ਦੇ ਵਿੱਚ ਆਪਾਂ ਮਿਲਕ ਪਾਊਡਰ ਪਾ ਲਵਾਂਗੇ। ਮਿਲਕ ਪਾਊਡਰ ਦੇ ਨਾਲ ਇਸਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। 1/4 ਕੱਪ ਆਪਾਂ ਇਸ ਦੇ ਵਿੱਚ ਪਾਵਾਂਗੇ ਕਸਟਰਡ ਪਾਊਡਰ। ਹੁਣ ਇਸ ਦੇ ਵਿੱਚ ਆਪਾਂ ਕੁਛ ਡਰਾਈ ਫਰੂਟ ਐਡ ਕਰਾਂਗੇ। ਇੱਥੇ ਆਪਾਂ 1 ਵੱਡਾ ਚਮਚ ਅਖਰੋਟ ਅਤੇ ਪਿਸਤਾ ਲਏ ਹਨ, ਇਹਨਾਂ ਨੂੰ ਵਿੱਚ ਪਾ ਦੇਵਾਂਗੇ। ਨਾਲ ਹੀ 1 ਵੱਡਾ ਚਮਚ ਕਾਜੂਆਂ ਦਾ, ਅਤੇ ਹੁਣ ਇਸ ਦੇ ਵਿੱਚ ਐਡ ਕਰਾਂਗੇ ਆਪਾਂ 1 ਵੱਡਾ ਚਮਚ ਬਦਾਮਾਂ ਦਾ। ਹੁਣ ਇੱਥੇ ਆਪਾਂ 1/4 ਕੱਪ ਖਸਖਸ ਦਾ ਲਵਾਂਗੇ, ਜਿਸ ਨੂੰ ਆਪਾਂ ਪੌਪੀ ਸੀਡ ਕਹਿੰਦੇ ਹਾਂ, ਅਤੇ 10 ਤੋਂ 12 ਛੋਟੀਆਂ ਹਰੀਆਂ ਇਲਾਇਚੀਆਂ, ਅਤੇ ਕੁਛ ਆਪਾਂ ਇਸ ਦੇ ਵਿੱਚ ਪਾਵਾਂਗੇ ਕੇਸਰ। ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਸਕਦੇ ਹੋ, ਨਹੀਂ ਤਾਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ। 1 ਚਮਚ ਇਸ ਦੇ ਵਿੱਚ ਆਪਾਂ ਹਰੀ ਸੌਂਫ ਪਾਵਾਂਗੇ। ਇਹ ਡਰਿੰਕ ਬਹੁਤ ਹੀ ਹੈਲਦੀ ਬਣ ਕੇ ਤਿਆਰ ਹੁੰਦੀ ਹੈ। ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ। ਇੱਥੇ ਮੇਰੇ ਹੱਥਾਂ ਨੂੰ ਹਲਦੀ ਦਾ ਕਲਰ ਚੜਿਆ ਹੈ, ਇਸ ਨੂੰ ਤੁਸੀਂ ਅਵੋਇਡ ਕਰਿਓ, ਕਿਉਂਕਿ ਘਰ ਦੀ ਹਲਦੀ ਆਪਾਂ ਤਿਆਰ ਕੀਤੀ ਹੈ, ਉਸ ਦਾ ਕਲਰ ਸੀ ਅਤੇ ਉਹ ਹੱਥਾਂ ਦੇ ਉੱਪਰ ਚੜ ਗਿਆ। ਹੁਣ ਇਹ ਪ੍ਰੀ ਮਿਕਸ ਬਣ ਕੇ ਰੈਡੀ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਅਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹ ਦੇਖੋ ਆਪਣਾ ਪ੍ਰੀ ਮਿਕਸ ਕਿੰਨਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ ਕੁਛ ਡਰਾਈ ਫਰੂਟ ਕੱਟ ਕੇ ਐਡ ਕਰਾਂਗੇ, ਕਿਉਂਕਿ ਜਦੋਂ ਆਪਾਂ ਇਸ ਨੂੰ ਬਣਾਵਾਂਗੇ ਤਾਂ ਇਸ ਨੂੰ ਪੀਵਾਂਗੇ ਤਾਂ ਇਹਨਾਂ ਡਰਾਈ ਫਰੂਟਸ ਦਾ ਕਰੰਚ ਆਪਾਂ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗਾ। ਹੁਣ ਆਪਾਂ ਇਸ ਪਾਊਡਰ ਨੂੰ ਇੱਕ ਸਾਫ਼ ਗਲਾਸ ਵਾਲੇ ਜਾਰ ਦੇ ਵਿੱਚ ਪਾ ਕੇ 1 ਮਹੀਨੇ ਦੇ ਵਾਸਤੇ ਸਟੋਰ ਕਰਕੇ ਰੱਖ ਸਕਦੇ ਹਾਂ ਅਤੇ ਜਦੋਂ ਵੀ ਆਪਣਾ ਦਿਲ ਕਰੇ ਜਾਂ ਕੋਈ ਗੈਸਟ ਆਵੇ ਤਾਂ ਇਹ ਆਪਾਂ ਫਟਾਫਟ ਸ਼ਰਬਤ ਬਣਾ ਕੇ ਸਰਵ ਕਰ ਸਕਦੇ ਹਾਂ। ਇਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗਾ, ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ। ਵੈਸੇ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਵੀ ਕੋਈ ਠੰਡੀ ਚੀਜ਼ ਖਾਣ ਜਾਂ ਪੀਣ ਨੂੰ ਦਿਲ ਕਰੇ ਤਾਂ ਇਹ ਫਟਾਫਟ ਬਣਾ ਕੇ ਤੁਸੀਂ ਪੀ ਸਕਦੇ ਹੋ ਅਤੇ ਆਪਣੇ ਬੱਚਿਆਂ ਨੂੰ ਪਿਆ ਸਕਦੇ ਹੋ। ਹੁਣ ਤੁਹਾਨੂੰ ਮੈਂ ਬਣਾ ਕੇ ਵੀ ਦਿਖਾਉਂਦੀ ਹਾਂ। ਇਹ 1 ਆਪਣਾ ਪੂਰੀ ਬੋਟਲ ਭਰ ਗਈ ਸੀ ਅਤੇ ਇੰਨਾ ਕੁਛ ਆਪਣਾ ਬਚ ਗਿਆ ਸੀ। ਹੁਣ ਆਪਾਂ 1 ਇੱਥੇ ਬਰਤਨ ਲਵਾਂਗੇ, ਉਸ ਦੇ ਵਿੱਚ ਮੈਂ 3 ਤੋਂ 4 ਚਮਚ ਇਸ ਦੇ ਐਡ ਕਰਾਂਗੀ। ਤੁਸੀਂ ਆਪਣੇ ਅਕੋਰਡਿੰਗ, ਜੇਕਰ ਤੁਸੀਂ 1 ਗਲਾਸ ਬਣਾਉਣਾ ਹੈ ਤਾਂ ਤੁਸੀਂ 1 ਜਾਂ 2 ਚਮਚ ਐਡ ਕਰ ਸਕਦੇ ਹੋ। ਮੈਂ ਇੱਥੇ 2 ਤੋਂ 3 ਗਲਾਸ ਵੱਡੇ ਬਣਾ ਰਹੀ ਹਾਂ, ਇਸ ਲਈ ਇਸਦੇ ਪਾਏ ਹਨ। ਹੁਣ ਇਸ ਦੇ ਵਿੱਚ ਆਪਾਂ ਦੁੱਧ ਐਡ ਕਰ ਲਵਾਂਗੇ ਅਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ।
ਮੈਂ ਇੱਥੇ 2.5 ਗਲਾਸ ਦੁੱਧ ਦੇ ਐਡ ਕਰੇ ਹਨ। ਹੁਣ ਆਪਾਂ ਇਸ ਨੂੰ ਗੈਸ ਤੇ ਰੱਖ ਕੇ ਬੋਇਲ ਕਰ ਲਵਾਂਗੇ। ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਹੀ ਬੋਇਲ ਕਰਾਂਗੇ ਤਾਂ ਕਿ ਇਹ ਤਲੇ ਦੇ ਨਾਲ ਨਾ ਲੱਗ ਜਾਵੇ, ਕਿਉਂਕਿ ਇਸ ਦੇ ਵਿੱਚ ਆਪਾਂ ਮਿਲਕ ਪਾਊਡਰ ਪਾਇਆ ਹੈ, ਜਿਸ ਦੇ ਨਾਲ ਇਸ ਦਾ ਟੇਸਟ ਬਿਲਕੁਲ ਆਪਾਂ ਨੂੰ ਖੋਏ ਦੀ ਤਰ੍ਹਾਂ ਆਵੇਗਾ। ਅਤੇ ਕਸਟਰਡ ਪਾਊਡਰ ਦੇ ਨਾਲ ਵੀ ਇਸ ਦੇ ਵਿੱਚ ਫਲੇਵਰ ਵਨੀਲਾ ਦਾ ਆਪਾਂ ਨੂੰ ਆਵੇਗਾ। ਇਹ ਦੇਖੋ ਹੁਣ ਆਪਣੇ ਦੁੱਧ ਦੇ ਵਿੱਚ ਬੋਇਲ ਆ ਰਿਹਾ ਹੈ ਅਤੇ ਇਹ ਥੋੜ੍ਹਾ ਜਿਹਾ ਥਿੱਕ ਹੋ ਜਾਵੇਗਾ, ਉਨੇ ਟਾਈਮ ਦੇ ਲਈ ਆਪਾਂ ਇਸ ਨੂੰ ਪਕਾਵਾਂਗੇ। ਤੁਸੀਂ ਇਸ ਨੂੰ ਬਣਾ ਕੇ ਫਰਿੱਜ ਵਿੱਚ ਰੱਖ ਕੇ ਬੱਚਿਆਂ ਨੂੰ ਠੰਡਾ ਠੰਡਾ ਦਿਓਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗਾ। ਜਦੋਂ ਮੈਂ ਇਸ ਨੂੰ ਪਹਿਲੀ ਵਾਰ ਬਣਾਇਆ ਸੀ ਤਾਂ ਮੇਰੇ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਇਆ ਸੀ ਅਤੇ ਉਹਨਾਂ ਨੇ ਬਹੁਤ ਹੀ ਖੁਸ਼ ਹੋ ਕੇ ਇਸ ਨੂੰ ਪੀਤਾ ਸੀ। ਇਹ ਦੇਖੋ ਦੁੱਧ ਦੇ ਵਿੱਚ ਬੋਇਲ ਆ ਰਿਹਾ ਹੈ, ਇਸ ਦੇ ਵਿੱਚ ਆਪਾਂ 3 ਤੋਂ 4 ਬੋਇਲ ਦੇਵਾਂਗੇ ਤਾਂ ਕਿ ਇਹ ਥੋੜ੍ਹਾ ਜਿਹਾ ਥਿੱਕ ਹੋ ਜਾਵੇ। ਹੁਣ ਆਪਣਾ ਦੁੱਧ ਬਣ ਕੇ ਰੈਡੀ ਹੋ ਚੁੱਕਾ ਹੈ। ਆਪਾਂ ਗੈਸ ਦਾ ਫਲੇਮ ਬੰਦ ਕਰ ਦੇਵਾਂਗੇ ਅਤੇ ਇਸ ਨੂੰ ਆਪਾਂ ਠੰਡਾ ਹੋਣ ਦੇ ਲਈ ਰੱਖ ਦੇਵਾਂਗੇ। ਇਸ ਨੂੰ ਤਕਰੀਬਨ ਮੈਂ ਪਹਿਲਾਂ ਪੱਖੇ ਦੇ ਥੱਲੇ ਰੱਖਿਆ ਸੀ, ਫਿਰ ਇਸ ਨੂੰ ਮੈਂ ਫਰਿੱਜ ਦੇ ਵਿੱਚ ਰੱਖ ਦਿੱਤਾ 1 ਘੰਟੇ ਵਾਸਤੇ। ਇਹ ਹੁਣ ਬਿਲਕੁਲ ਠੰਡਾ ਹੋ ਚੁੱਕਾ ਹੈ ਅਤੇ ਇਸ ਨੂੰ ਹੁਣ ਆਪਾਂ ਹੋਰ ਚਿਲਡ ਕਰਨ ਵਾਸਤੇ ਆਈਸ ਕਿਊਬ ਪਾ ਦੇਵਾਂਗੇ, ਕਿਉਂਕਿ ਸ਼ਰਬਤ ਜਿੰਨਾ ਜ਼ਿਆਦਾ ਠੰਡਾ ਹੋਵੇਗਾ ਉਨਾ ਹੀ ਜ਼ਿਆਦਾ ਟੇਸਟੀ ਲੱਗੇਗਾ। ਹੁਣ ਇੱਥੇ ਮੈਂ 2 ਫਰੈਸ਼ ਗੁਲਾਬ ਲਏ ਹਨ ਅਤੇ ਉਹਨਾਂ ਨੂੰ ਮੈਂ ਪਾਣੀ ਦੇ ਵਿੱਚ ਰੱਖ ਲਿਆ ਸੀ ਤੋੜ ਕੇ। ਹੁਣ ਇਸ ਦੀਆਂ ਆਪਾਂ ਪੱਤੀਆਂ ਵਿੱਚ ਪਾ ਦੇਵਾਂਗੇ। ਇਹ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਹਨ ਅਤੇ ਇਹਨਾਂ ਦੀ ਖੁਸ਼ਬੂ ਅਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। ਇਸ ਤਰ੍ਹਾਂ ਇਹ ਬਹੁਤ ਜ਼ਿਆਦਾ ਕਲਰਫੁੱਲ ਬਣ ਜਾਂਦਾ ਹੈ, ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗਦਾ ਹੈ ਅਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਅਟਰੈਕਟ ਕਰਦਾ ਹੈ। ਹੁਣ ਇੱਥੇ ਮੈਂ ਗੂੰਦ ਕਤੀਰਾ ਉਸ ਨੂੰ ਮੈਂ ਭਿਉਂ ਕੇ ਰੱਖ ਲਿਆ ਸੀ। ਹੁਣ 1 ਗਲਾਸ ਦੇ ਵਿੱਚ ਆਪਾਂ 1 ਤੋਂ 1.5 ਚਮਚ ਗੂੰਦ ਕਤੀਰੇ ਦਾ ਪਾ ਦੇਵਾਂਗੇ, ਜਿਸ ਦੇ ਨਾਲ ਇਹ ਸ਼ਰਬਤ ਦੀ ਤਸੀਰ ਹੋਰ ਵੀ ਜ਼ਿਆਦਾ ਠੰਡੀ ਹੋ ਜਾਵੇਗੀ। ਅਤੇ ਹੁਣ ਆਪਾਂ ਇਹ ਸ਼ਰਬਤ ਇਹਨਾਂ ਗਲਾਸਾਂ ਦੇ ਵਿੱਚ ਸਰਵ ਕਰਾਂਗੇ। ਇਹ ਦੇਖੋ ਕਿੰਨਾ ਵਧੀਆ ਆਪਣਾ ਸ਼ਰਬਤ ਬਣ ਕੇ ਰੈਡੀ ਹੋ ਚੁੱਕਾ ਹੈ। ਤੁਸੀਂ ਵੀ ਜ਼ਰੂਰ ਇਸ ਨੂੰ ਟਰਾਈ ਕਰਿਓ ਅਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਹਨ। ਅਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ, ਜਿਸ ਤੋਂ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ ਵਧੀਆ ਵੀਡੀਓ ਬਣਾਉਣ ਦੀ। ਹੁਣ ਇੱਥੇ ਉੱਪਰ ਆਪਾਂ ਕੁਝ ਡਰਾਈ ਫਰੂਟ ਪਾ ਦੇਵਾਂਗੇ। ਲਓ ਜੀ ਇਹ ਆਪਣਾ ਬਹੁਤ ਹੀ ਟੇਸਟੀ ਸਮਰ ਸਪੈਸ਼ਲ ਸ਼ਰਬਤ ਬਣ ਕੇ ਰੈਡੀ ਹੋ ਚੁੱਕਾ ਹੈ। ਕੋਈ ਵੀ ਗੈਸਟ ਆਵੇ ਤੁਸੀਂ ਫਟਾਫਟ ਇਸ ਨੂੰ ਬਣਾਵੋ ਅਤੇ ਉਹਨਾਂ ਨੂੰ ਪਿਲਾਵੋ, ਉਹਨਾਂ ਨੂੰ ਵੀ ਇਹ ਬਹੁਤ ਪਸੰਦ ਆਵੇਗਾ। ਇਹ ਪ੍ਰੀਮਿਕਸ ਆਪਣਾ 1 ਮਹੀਨੇ ਤੱਕ ਬਿਲਕੁਲ ਖਰਾਬ ਨਹੀਂ ਹੁੰਦਾ। ਇਸ ਨੂੰ ਬਣਾ ਕੇ ਏਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਤੁਸੀਂ ਫਰਿੱਜ ਦੇ ਵਿੱਚ ਰੱਖ ਲਓ ਅਤੇ ਜਦੋਂ ਤੁਹਾਡਾ ਦਿਲ ਕਰੇ ਇਸ ਨੂੰ ਬਣਾਵੋ, ਪੀਓ ਅਤੇ ਇੰਜੋਏ ਕਰੋ। ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।